ਗੁਰਮੁਖ ਪਿਆਰਿਓ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਵੀਡੀਓ ਨੂੰ ਸ਼ੇਅਰ ਕਰਿਓ ਲਾਈਕ ਤੇ ਕਮੈਂਟ ਵੀ ਕਰਿਓ ਸੰਗਤ ਜੀ ਕੁਝ ਬੇਨਤੀਆਂ ਸਾਂਝੀਆਂ ਕਰਨੀਆਂ ਨੇ ਤੁਹਾਡੇ ਨਾਲ ਖਾਸ ਤੌਰ ਤੇ ਪਿਆਰਿਓ ਬਿਆਨਤ ਕੌਰ ਦਾ ਕੇਸ ਚੱਲਿਆ ਹੋਇਆ ਹੈ ਬਿਆਨਤ ਕੌਰ ਦੇ ਬਾਰੇ ਆਪਾਂ ਸਾਰੇ ਜਾਣਦੇ ਆਂ ਦਰਸਲ ਉਹ ਲੜਕੀ ਜਿਹੜੀ ਕਿ ਬਾਹਰ ਚਲੀ ਗਈ ਸੀ ਜੀਨੇ ਗੱਲ ਨਾ ਕਰਨ ਕਰਕੇ ਉਹਨਾਂ ਨੂੰ ਧੋਖਾ ਦਿੱਤਾ ਤੇ ਉਹਨਾਂ ਦਾ ਪੁੱਤ ਮਰ ਗਿਆ ਸੀ ਖੁਦਕੁਸ਼ੀ ਚੱਲੀ ਸੀ ਲਾਪਰੀ ਦੀ लाਡੀ ਸੀ ਸੋ ਵੀਡੀਓ ਪਹਿਲੀ ਵਾਰ ਸਾਹਮਣੇ ਆਈ ਹੈ ਇੱਕ ਤੇ ਕੁਝ ਬੇਨਤੀਆਂ ਮੈਂ ਸਾਂਝੀਆਂ ਕਰੂੰਗਾ ਫਤਿਹ ਬਲਾਓ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੱਲ ਦੇ ਸਮੇਂ ਵਿੱਚ ਵੀ ਮੈਂ ਕੁਝ ਬੇਨਤੀਆਂ ਸਾਂਝੀਆਂ ਕੀਤੀਆਂ ਸੀ ਕਿ ਜੇਕਰ ਨਹੀਂ ਨਿਭਦੀ ਨਹੀਂ ਕੁਝ ਚੰਗਾ ਲੱਗਦਾ ਤੇ ਅਸੀਂ ਇਹ ਚੀਜ਼ਾਂ ਬੰਦ ਕਰ ਦਈਏ ਸੱਚ ਦੱਸ ਦਈਏ ਸੱਚ ਦੱਸ ਦਈਏ ਕਿ ਭਾਈ ਅਸੀਂ ਅਜੀਹਾ ਨਹੀਂ ਕਰਨਾ ਚਾਹੁੰਦੇ ਅਸੀਂ ਤੁਹਾਡੇ ਨਾਲ ਰਹਿਣਾ ਨਹੀਂ ਚਾਹੁੰਦੇ ਜਾ ਫਿਰ ਤੁਹਾਡੇ ਨਾਲ ਗੱਲਾਂ ਬਾਤਾਂ ਨਹੀਂ ਕਰਨੀ ਚਾਹੁੰਦੇ ਕਿਸੇ ਨੂੰ ਧੋਖੇ ਵਿੱਚ ਨਾ ਰੱਖੋ ਅੱਜ ਜੇ ਕਿਤੇ ਅਸੀਂ ਕਿਸੇ ਨਾਲ ਧੋਖਾ ਕਰਦੇ ਆਂ ਤੇ ਉਹਦਾ ਖਮਿਆਜਾ ਭੁਗਤਣਾ ਪੈਂਦਾ ਹੈ ਭਾਵੇਂ ਅੱਜ ਭਾਵੇਂ ਕੱਲ ਜਦੋਂ ਵੀ ਅਸੀਂ ਚਾਹੀਏ ਤੇ ਜ਼ਰੂਰ ਅਜਿਹੇ ਕਾਂਡ ਸਾਡੇ ਨਾਲ ਹੋਣਗੇ ਜੇ ਕਿਸੇ ਨਾਲ ਧੋਖਾ ਕਰਾਂਗੇ ਨਾ ਉਹਦਾ ਔਰ ਬਦਲੇ ਧੋਖਾ ਸਾਨੂੰ ਵੀ ਜ਼ਿੰਦਗੀ ਵਿੱਚ ਕਦੇ ਨਾ ਕਦੇ ਜ਼ਰੂਰ ਮਿਲੂਗਾ ਚਾਹੇ ਜ਼ਿੰਦਗੀ ਧੋਖਾ ਦੇ ਜੇ ਜ਼ਿੰਦਗੀ ਵਿੱਚ ਆਉਣ ਵਾਲੇ ਬੈਠਣ ਸੱਜਣ ਮਿੱਤਰ ਜਿਹੜੇ ਨੇ ਉਹ ਸਾਨੂੰ ਧੋਖਾ ਦੇ ਜਾਣ ਅਜਿਹੀਆਂ ਗੱਲਾਂ ਬਾਤਾਂ ਜ਼ਰੂਰ ਜਿਹੜੀਆਂ ਨੇ ਉਹ ਸਾਨੂੰ ਮਿਲ ਜਾਣਗੀਆਂ ਸੋ ਇਹਨਾਂ ਚੀਜ਼ਾਂ ਦਾ ਖਾਸ ਕਰਕੇ ਧਿਆਨ ਰੱਖਿਆ ਜਾਵੇ ਇਹਨਾਂ ਚੀਜ਼ਾਂ ਦਾ ਖਾਸ ਕਰਕੇ ਧਿਆਨ ਰੱਖਿਆ ਜਾਵੇ ਸੋ ਮੈਂ ਬੇਨਤੀਆਂ ਤਾਂ ਕਰਕੇ ਕਰ ਰਿਹਾ ਪਿਆਰਿਓ ਕਿਉਂਕਿ ਅੱਜ ਜੇ ਦਗਾ ਕਮਾਵਾਂਗੇ ਦਗੇ ਦੀ ਸਜ਼ਾ ਵੀ ਓਨੀ ਹੁੰਦੀ ਹੈ ਧੋਖੇ ਦੇ ਵਿੱਚ ਕਿਸੇ ਨੂੰ ਰੱਖ ਕੇ ਕੋਈ ਕੰਮ ਕਰ ਲੈਣਾ ਉਹਦੀ ਵੀ ਸਜ਼ਾ ਹੀ ਓਨੀ ਹੁੰਦੀ ਹੈ 420 ਦੇ ਤਹਿਤ ਕੇਸ ਦਰਜ ਹੋਊਗਾ ਕਾਨੂੰਨ ਦੇ ਭਾਸ਼ਾ ਦੇ ਵਿੱਚ ਜੇ ਆਪਾਂ ਗੱਲ ਕਰੀਏ ਤਾਂ ਜੇ ਕਿਸੇ ਦੀ ਖੁਦਕੁਸ਼ੀ ਹੁੰਦੀ ਹੈ 420 ਦਾ ਨਾਲ ਤੇ ਪਰਚਾ ਲੱਗੂਗਾ ਹੀ ਲੱਗੂਗਾ ਤੇ ਕਤਲ ਦਾ ਪਰਚਾ 20 ਨਾਲ ਲੱਗੂਗਾ ਇਹ ਕਾਨੂੰਨ ਦੇ ਥ੍ਰੈਟ ਨੇ ਆਪੋ ਆਪਣੇ ਸੋ ਮੈਂ ਬੇਨਤੀ ਕਰੂੰਗਾ ਇੱਥੇ ਤੇ ਜਿਹੜੀਆਂ ਸਜਾਵਾਂ ਮਿਲਣਗੀਆਂ ਮਿਲਣਗੀਆਂ ਰੱਬ ਦੇ ਘਰ ਜੋ ਸਜਾਵਾਂ ਮਿਲਦੀਆਂ ਨੇ ਨਾ ਉਹ ਉਹ ਵੱਖਰੀਆਂ ਨੇ ਉਹ ਤੇ ਵੱਖਰਾ ਫੈਸਲਾ ਕਰਦਾ ਹੈ ਵਕਰੀ ਅਦਾਲਤ ਲਾਉਂਦਾ ਵੱਖਰੇ ਕਟਗਰੇ ਵਿੱਚ ਲਿਆ ਕੇ ਖੜਾ ਕਰਦਾ ਵੱਖਰੀਆਂ ਚੀਜ਼ਾਂ ਦੇ ਸਬੂਤ ਪੇਸ਼ ਕੀਤੇ ਜਾਂਦੇ ਨੇ ਸਾਰੀਆਂ ਚੀਜ਼ਾਂ ਵੱਖਰੀਆਂ ਵੱਖਰੀਆਂ ਉੱਥੇ ਹੁੰਦੀਆਂ ਨੇ ਹਰ ਇੱਕ ਚੀਜ਼ ਵੱਖਰੀ ਹੋਊਗੀ ਹਰ ਇੱਕ ਚੀਜ਼ ਵੱਖਰੀ ਵੱਖਰੀ ਪੇਸ਼ ਕਰੂਗੀ ਹਰ ਇੱਕ ਚੀਜ਼ ਆਪਣਾ ਆਪਣਾ ਬੋਲ ਬਾਲਾ ਰੱਖੂਗੀ ਹਰ ਇੱਕ ਚੀਜ਼ ਆਪੋ ਆਪਣੀ ਵਜ੍ਹਾ ਪੇਸ਼ ਕਰੂਗੀ ਹਰ ਇੱਕ ਚੀਜ਼ ਸੋ ਪਿਆਰਿਓ ਬਿਆੰਤ ਕੌਰ ਨੇ ਗਲਤੀ ਕੀਤੀ ਉਹਦੇ ਮਾਪਿਆਂ ਨੇ ਉਹਦਾ ਸਾਥ ਦਿੱਤਾ ਲੋਕ ਕਹ ਰਹੇ ਨੇ ਉਹਦਾ ਸਾਥ ਦਿੱਤਾ ਪਰ ਸੱਚ ਕੀ ਹੈ ਸਾਥ ਦਿੱਤਾ ਨਹੀਂ ਦਿੱਤਾ ਪਰ ਵੇਖੋ ਉਹਨੇ ਇੱਕ ਨੇ ਗਲਤੀ ਕੀਤੀ ਤੇ ਸਜ਼ਾ ਮਾਪੇ ਵੀ ਭੁਗਤ ਰਹੇ ਨੇ ਤੇ ਇੱਕ ਬੱਚੀ ਨੇ ਗਲਤੀ ਕੀਤੀ ਤੇ ਆਉਣ ਵਾਲੀਆਂ ਪਤਾ ਨਹੀਂ ਕਿੰਨੀਆਂ ਕੋ ਬੱਚੀਆਂ ਤੇ ਇਹ ਸਮਾਂ ਬੁਰਾ ਹੋ ਕੇ ਬੀਤੇਗਾ ਪਰ ਕਿੰਨੀਆਂ ਕੋ ਬੱਚੀਆਂ ਦਾ ਭਵਿੱਖ ਤਬਾਹ ਹੋ ਜਾਏਗਾ ਇਸ ਘਟਨਾ ਦੇ ਨਾਲ ਕਿੰਨੀਆਂ ਕੁ ਬੱਚੀਆਂ ਦੀ ਜ਼ਿੰਦਗੀ ਜਿਹੜੀ ਹੈ ਤਬਾਹ ਹੋ ਜਾਏਗੀ ਉਸ ਘਟਨਾ ਦੇ ਨਾਲ ਕਹਿੰਦੇ ਨੇ ਇੱਕ ਨੇ ਗਲਤੀ ਕੀਤੀ ਤੇ ਦੂਸਰੇ ਬਦਨਾਮ ਹੋ ਜਾਂਦੇ ਨੇ ਅੱਜ ਸ਼ਾਇਦ ਇਹੋ ਹੀ ਚੱਲਿਆ ਹੋਇਆ ਰਾਪਤਾ ਅੱਜ ਇੱਕ ਨੇ ਗਲਤੀ ਕਰ ਦਿੱਤੀ ਦੂਜਿਆਂ ਤੇ ਵੀ ਸਮਾਂ ਉਹੀ ਜਤਾਇਆ ਜਾ ਰਿਹਾ ਦੂਜਿਆਂ ਤੇ ਵੀ ਸ਼ੱਕ ਜਤਾਇਆ ਜਾ ਰਿਹਾ ਵੀ ਕਿਤੇ ਇਹ ਨਾ ਹੋ ਜੇ ਐ ਨਾ ਹੋ ਜੇ ਇਹ ਨਾ ਹੋ ਜੇ ਉਹ ਸਾਰੀਆਂ ਗੱਲਾਂ ਆਪਾਂ ਵੇਖ ਹੀ ਰਹੇ ਹਾਂ ਸਾਰਾ ਸਿਸਟਮ ਜੋ ਚੱਲ ਰਿਹਾ ਹੈ ਪੰਜਾਬ ਦੇ ਵਿੱਚ ਹੁਣ ਉਹ ਬਿਆਨਤ ਕੌਰ ਲੜਕੀ ਨੇ ਆਪਣਾ ਫਿਊਚਰ ਸਿਕਿਉਰ ਕਰਨ ਵਾਸਤੇ ਭਾਵੇਂ ਗਲਤੀਆਂ ਕੀਤੀਆਂ ਨੇ ਭਾਵੇਂ ਕੁਝ ਵੀ ਕੀਤਾ ਉਹਨੇ ਚੰਗਾ ਸੋਚਿਆ ਸੀ ਪਰ ਮਾੜਾ ਹੋ ਗਿਆ ਕਿਸੇ ਦਾ ਪੁੱਤ ਮਰ ਗਿਆ ਉਹ ਪੁੱਤ ਉਹਨਾਂ ਦਾ ਫਾਹਾ ਲੈ ਗਿਆ ਉਹ ਵੇਖੋ ਕਿੰਡੀ ਵੱਡੀ ਘਟਨਾ ਵਾਪਰੀ ਹੈ ਮਾਂ ਨੂੰ ਪੁੱਤ ਨਹੀਂ ਮਿਲਣਾ ਉਹਦੇ ਲਾਲਚ ਨੇ ਪੁੱਤ ਮਰਵਾਤਾ ਤੇ ਅੱਜ ਉਹਦੇ ਮਾਪਿਆਂ ਨੇ ਜਿਹੜਾ ਪੈਸਾ ਚੱਕਿਆ ਸੀ ਪੈਸਾ ਤੇ ਗਿਆ ਹੀ ਗਿਆ ਪਰ ਉਹਨਾਂ ਦਾ ਗਹਿਣਾ ਗੱਟਾ ਜਿਹੜਾ ਪੁੱਤ ਸੀ ਉਹਨਾਂ ਦਾ ਉਹ ਪੁੱਤ ਵੀ ਗਿਆ ਉਹਨਾਂ ਦੇ ਹੱਥੋਂ ਪੈਸਾ ਤੇ ਫਿਰ ਵੀ ਬਣ ਜਾਂਦਾ ਪਰ ਪੁੱਤ ਦੁਬਾਰਾ ਨਹੀਂ ਨਾ ਬਣਦਾ ਪੁੱਤ ਨਹੀਂ ਨਾ ਬਣਦਾ ਦੁਬਾਰਾ ਅੱਜ ਬੇਅੰਤ ਕੌਰ ਦੀ ਕੀਤੀ ਹੋਈ ਗਲਤੀ ਉਹਦੇ ਸਜ਼ਾ ਭੁਗਤਰੇ ਨੇ ਮਾਪੇ ਅੱਜ ਉਹਦੀ ਮਾਂ ਨੂੰ ਜੇਲ੍ਹ ਦੇ ਵਿੱਚ ਲੈ ਗਏ ਕੋਰਟ ਦੇ ਵਿੱਚ ਖੜਾ ਕਰਤਾ ਹੁਣ ਜੇ ਤਾਂ ਬੇਅੰਤ ਕੌਰ ਹੋਈ ਆਪਣੀ ਮਾਂ ਦੇ ਨਾਲ ਮੁਹੱਬਤ ਕਰਦੀ ਫਿਰ ਤਾਂ ਇੱਥੇ ਆਜੂਗੀ ਜੇ ਨਾ ਮੁਹੱਬਤ ਹੋਈ ਫੇਰ ਨਹੀਂ ਹੋ ਆਉਂਦੀ ਫੇਰ ਨਹੀਂ ਆਉਂਦੀ ਉਹ ਘਰਦਿਆਂ ਨਾਲ ਜੇ ਪਿਆਰ ਨਾ ਹੋਇਆ ਪਰ ਇੱਕ ਗੱਲ ਸੋਚੋ ਜਿਹਦੇ ਲਾਵਾਂ ਨਾਲ ਵਿਆਹ ਕੇ ਗਈ ਜਿਹਦੇ ਘਰ ਦੇ ਵਿੱਚ ਗਈ ਜਦੋਂ ਉਹਨੂੰ ਧੋਖਾ ਦਿੱਤਾ ਘਰ ਦੇ ਕੀ ਲੱਗਦੇ ਆ ਘਰਦਿਆਂ ਨੂੰ ਵੀ ਛੱਡ ਸਕਦੇ ਜੇ ਘਰਦਿਆਂ ਨੇ ਕੰਮ ਕੀਤਾ ਨਾਲ ਰਜਾਮੰਦੀ ਨਾਲ ਫੇਰ ਉਹਨਾਂ ਨੂੰ ਇਹ ਸਜ਼ਾ ਮਿਲਣੀ ਚਾਹੀਦੀ ਆ ਪਰ ਜੇ ਉਹਨਾਂ ਦੀ ਰਜਾਮੰਦੀ ਨਹੀਂ ਸੀ ਫੇਰ ਉਹਨਾਂ ਨੂੰ ਇਹ ਸਜ਼ਾ ਨਹੀਂ ਮਿਲਣੀ ਚਾਹੀਦੀ ਘੂਖ ਪੜਤਾਲ ਕੀਤੀ ਜਾਣੀ ਚਾਹੀਦੀ ਹੈ ਪੁਲਿਸ ਲੱਗੀ ਹੋਈ ਹੈ ਆਪਣੀ ਕਾਰਵਾਈ ਕਰਨ ਪਰ ਅਸਲ ਦੇ ਵਿੱਚ ਇਹ ਚੀਜ਼ਾਂ ਸਾਨੂੰ ਦੁੱਖ ਦੇਣਗੀਆਂ ਹੀ ਦੇਣਗੀਆਂ ਅੱਜ ਕੱਲ ਜਦੋਂ ਸੋਚਾਂਗੇ ਉਦੋਂ ਦੁੱਖ ਦੇਣਗੀਆਂ ਇਹਦੇ ਖਮਿਆਜੇ ਭੁਗਤਨੇ ਹੀ ਪੈਣਗੇ ਇਹਦੇ ਖਮਿਆਜੇ ਭੁਗਤਨੇ ਪੈਣਗੇ ਲਗਾਤਾਰ ਭੁਗਤਨੇ ਪੈਣਗੇ ਜਿੰਨਾ ਮਰਜੀ ਕਿਨਾਰਾ ਕਰ ਲਈਏ ਜਿੰਨਾ ਮਰਜੀ ਪਿੱਛੇ ਹਟ ਜਾਈਏ ਜਿੰਨੇ ਮਰਜੀ ਅੱਗੇ ਵਧ ਲਈਏ ਇਹ ਚੀਜ਼ਾਂ ਜ਼ਰੂਰ ਦੁੱਖ ਦੇਣਗੀਆਂ ਜ਼ਰੂਰ ਦੁੱਖ ਦੇਣਗੀਆਂ ਪਿਆਰਿਓ ਬਾਤ ਲਿਓ ਇਨਾਂ ਚੀਜ਼ਾਂ ਨੂੰ ਵਿਚਾਰ ਲਿਓ ਇਨਾਂ ਚੀਜ਼ਾਂ ਨੂੰ ਆਖਰ ਦੇ ਵਿੱਚ ਇਹ ਚੀਜ਼ਾਂ ਸਾਨੂੰ ਅੱਜ ਤੇ ਕੱਲ ਮੂਰੇ ਆਉਣ ਗਈਆਂ ਆਉਣਗੀਆਂ ਕਈ ਵਾਰੀ ਆਪਣੀਆਂ ਕੀਤੀਆਂ ਗਲਤੀਆਂ ਦੇ ਖਮਿਆਜੇ ਔਲਾਦ ਨੂੰ ਭੁਗਤਨੇ ਪੈ ਜਾਂਦੇ ਨੇ ਕਈ ਵਾਰੀ ਔਲਾਦ ਦੇ ਕੀਤੇ ਗਲਤੀਆਂ ਦੇ ਖਮਿਆਜੇ ਮਾਪਿਆਂ ਨੂੰ ਭੁਗਤਨੇ ਪੈ ਜਾਂਦੇ ਨੇ ਬਸ ਗੱਲਾਂ ਤੇ ਇਹ ਨੇ ਸਮਝਣਾ ਪਏਗਾ ਬੇਅੰਤ ਕੌਰ ਨੇ ਜੇ ਗਲਤੀ ਕੀਤੀ ਹੈ ਤਾਂ ਅੱਜ ਉਹਦੇ ਮਾਪੇ ਵੀ ਨਾਲ ਸਜ਼ਾ ਭੁਗਤ ਰਹੇ ਨੇ ਅੱਜ ਉਹਦੀ ਮਾਂ ਇਹ ਗੱਲ ਕਹਿ ਰਹੀ ਐ ਕਹਿੰਦੀ ਮੇਰੀ ਔਲਾਦ ਨੇ ਮੈਨੂੰ ਮਾੜਾ ਦਿਨ ਦਿਖਾਤਾ ਤੇ ਅੱਜ ਇੱਕ ਧੀ ਨੇ ਪਤਾ ਨਹੀਂ ਆਪਣੇ ਮਾਂ ਦੇ ਨਾਲ ਕਿਹੜਾ ਵੈਰ ਕੱਢ ਲਿਆ ਉਹਦੀ ਮਾਂ ਇਹ ਬਿਆਨ ਦੇ ਰਹੀ ਐ ਉਹਦੀ ਮਾਂ ਕਹਿ ਰਹੀ ਐ ਪਰ ਮੈਨੂੰ ਸਮਝ ਨਹੀਂ ਆਉਂਦੀ ਆਖਰ ਦੇ ਵਿੱਚ ਬਣਿਆ ਕੀ ਹੋਇਆ ਚੱਲ ਕੀ ਰਿਹਾ ਐ ਪੁਲਿਸ ਆਪਣਾ ਕੰਮ ਕਰ ਰਹੀ ਹੈ ਹੁਣ ਬਿਆੰਤ ਕੌਰ ਨੂੰ ਇੱਥੇ ਲਿਆਉਣ ਦੇ ਲਈ ਉਹਦੇ ਮਾਪਿਆਂ ਤੇ ਕਸ ਕੀਤਾ ਜਾ ਰਿਹਾ ਪਰ ਉਸ ਲੜਕੀ ਨੇ ਇੱਕ ਵਾਰੀ ਵੀ ਵੀਡੀਓ ਨਹੀਂ ਪਾਈ ਕੀ ਗੱਲ ਉਹਦੇ ਕੋਲ ਖਬਰ ਨਹੀਂ ਪਹੁੰਚੀ ਹੋएगी ਉਸ ਲੜਕੀ ਨੇ ਇੱਕ ਵਾਰੀ ਵੀ ਨਹੀਂ ਕਿਹਾ ਕਿ ਮੇਰੇ ਮਾਪਿਆਂ ਨੂੰ ਛੱਡ ਦਿੱਤਾ ਜਾਵੇ ਮੇਰੇ ਮਾਪਿਆਂ ਦਾ ਕਸੂਰ ਕੋਈ ਨਹੀਂ ਮੇਰੇ ਮਾਪਿਆਂ ਨੂੰ ਰਹਾ ਕੀਤਾ ਜਾਵੇ ਜਾਂ ਮੈਂ ਆ ਰਹੀਆਂ ਮੈਂ ਨਹੀਂ ਆ ਰਹੀ ਇੱਕ ਵਾਰੀ ਵੀ ਉਸ ਨੇ ਇਹ ਗੱਲ ਨਹੀਂ ਕਹੀ ਇਥੋਂ ਪਤਾ ਲੱਗਦਾ ਕਿ ਉਹ ਮਾਪਿਆਂ ਦੇ ਉੱਪਰ ਗਾਜ ਡਿੱਗ ਜੇ ਪਰ ਉਹਦੇ ਕੋਈ ਫਰਕ ਨਹੀਂ ਪੈਂਦਾ ਉਹ ਛਾਇ ਦੇ ਵਾਪਸ ਆਵੇ ਉਹ ਨਹੀਂ ਹੁਣ ਵਾਪਸ ਮੁੜਦੀ ਉਹ ਨਹੀਂ ਪਰਤਣਾ ਹੁਣ ਉਹਨੇ ਬਿਲਕੁਲ ਨਹੀਂ ਪਰਤਣਾ ਉਹਨੇ ਉਹਨੇ ਨਹੀਂ ਆਉਣਾ ਹੁਣ ਜੇ ਆ ਜੇਗੀ ਤਾਂ ਸ਼ਾਬਾਸ਼ ਇਹ ਆਪਣੇ ਮਾਪੇ ਲਈ ਪਿਆਰ ਸਮਝ ਕੇ ਆਪਣੇ ਹਿੱਸੇ ਦੀ ਸਜ਼ਾ ਖੁਦ ਭੁਗਤੇ ਮਾਪੇ ਕਿਉਂ ਭੁਗਤਣ ਉਹਦੇ ਮਾਪਿਆਂ ਨੂੰ ਸਜ਼ਾ ਕਿਉਂ ਮਿਲੇ ਉਹਦੇ ਮਾਪੇ ਕਿਉਂ ਸਜ਼ਾ ਭੁਗਤਣ ਇਹ ਗੱਲ ਸਮਝ ਲਿਓ ਉਦੇ ਮਾਪੇ ਇਹ ਸਜ਼ਾ ਨਾ ਭੁਗਤਣ ਸੋ ਗੁਰਮਖੋ ਜੜੀਆਂ ਬੇਨਤੀਆਂ ਮੈਂ ਕਰਨੀਆਂ ਸੀ ਉਹ ਇਹ ਨੇ ਕਿ ਆਪਣੀ ਔਲਾਦ ਇਹ ਗੱਲ ਧਿਆਨ ਵਿੱਚ ਰੱਖੇ ਜੇਕਰ ਅੱਜ ਅਸੀਂ ਆਪਣੇ ਮਾਪੇ ਨਾਲ ਵੀ ਦਗਾ ਕਮਾਵਾਂਗੇ ਤੇ ਸਾਡੀ ਔਲਾਦ ਸਾਡੇ ਨਾਲ ਕਮਾਏਗੀ ਜੇ ਸਾਡੀ ਔਲਾਦ ਨਾ ਹੋਈ ਤਾਂ ਦੁਨੀਆਂ ਦੇ ਲੋਕ ਸਾਡੇ ਨਾਲ ਕਮਾ ਜਾਣਗੇ ਜੇਕਰ ਮਾਪੇ ਬੱਚਿਆਂ ਨੂੰ ਗਲਤ ਰਾਹ ਤੋਰਨਗੇ ਤੇ ਯਾਦ ਰੱਖਿਓ ਤੁਸੀਂ ਆਪਣੀ ਰੋਟੀ ਦੀ ਆਸ ਨਾ ਕਰਿਓ ਦੂਜੀ ਗੱਲ ਇਹ ਵੇ ਕਿ ਔਲਾਦ ਇਹ ਗੱਲ ਸਮਝ ਲੇ ਜੇਕਰ ਆਪਣੀਆਂ ਗਲਤੀਆਂ ਨੇ ਤਾਂ ਉਹਦੀ ਸਜ਼ਾ ਮਾਪਿਆਂ ਨੂੰ ਨਹੀਂ ਮਿਲਣੀ ਚਾਹੀਦੀ ਉਹਦੀ ਸਜ਼ਾ ਆਪ ਭੁਗਤ ਲੋ ਇਹੋ ਹੀ ਪਛਤਾਪ ਹੈ ਸੋ ਇੰਨੀਆਂ ਕੋ ਬੇਨਤੀਆਂ ਮੈਂ ਕਰਨੀਆਂ ਚਾਹੁੰਦਾ ਸੀ ਸਾਰਿਆਂ ਦਾ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ